11 अप्रैल 1827 ਨੂੰ ਮਹਾਤਮਾ ਜੋਤੀਰਾਵ ਫੂਲੇ ਜੀ ਦਾ ਜਨਮ ਹੋਇਆ। ਮਹਾਤਮਾ ਜੋਤੀਰਾਵ ਫੂਲੇ ਜੀ ਮਹਾਰਾਸ਼ਟਰ ਜ਼ਿਲ੍ਹਾ ਸਤਾਰਾ ਤਹਿਸੀਲ ਖੰਡਾਲਾ ਪਿੰਡ ਨਜ਼ਾਰਤ ਵਿਖੇ ਹੋਇਆ। ਮਹਾਤਮਾ ਜੋਤੀਰਾਵ ਫੂਲੇ ਜੀ ਦੇ ਪਿਤਾ ਦਾ ਨਾਮ ਗੋਬਿੰਦ ਰਾਏ ਫੂਲੇ ਸੀ। ਉਹਨਾਂ ਜੀ ਦੇ ਮਾਤਾ ਜੀ ਦਾ ਨਾਮ ਚਮਨਾ ਬਾਈ ਸੀ। ਜਦੋਂ ਜੋਤੀਰਾਵ ਫੂਲੇ 9 ਮਹੀਨੇ ਦੇ ਸਨ ਜਦੋਂ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਜੋਤੀਰਾਵ ਫੂਲੇ ਜੀ ਦੇ ਪਾਲਣ ਪੋਸ਼ਣ ਉਹਨਾਂ ਦੀ ਮਾਸੀ ਸਗਨਾ ਬਾਈ ਸਾਗਰ ਜੀ ਨੇ ਕੀਤੀ। ਜੋਤੀਰਾਵ ਫੂਲੇ ਮਨੁਵਾਦ ਬ੍ਰਾਹਮਣਵਾਦ ਵੱਲੋਂ ਬਣਾਈ ਗਈ ਅਖੌਤੀ ਮਾਲੀ ਜਾਤੀ ਸੈਣੀ ਜਾਤ ਦੇ ਵਿੱਚ ਪੈਦਾ ਹੋਏ। ਫੂਲੇ ਜੀ ਦੇ ਪੁਰਖੇ ਫੁੱਲ ਉਗਾਉਣ ਦਾ ਕੰਮ ਕਰਦੇ ਸਨ। ਫੂਲੇ ਜੀ ਦੀ ਸਿੱਖਿਆ ਪਿੱਤੋ ਨਾਂ ਦੇ ਬ੍ਰਾਹਮਣ ਅਧਿਆਪਕ ਦੇ ਕੋਲ ਮਰਾਠੀ ਦੇ ਵਿੱਚ ਧਰਮਸ਼ਾਲਾ ਦੇ ਵਿੱਚ 1834 ਤੋਂ ਲੈ ਕੇ 1838 ਈਸਵੀ ਤੱਕ ਹੋਈ। ਪਰ ਇਹ ਗੱਲ ਕਿਸੇ ਨੂੰ ਬਰਦਾਸ਼ਤ ਨਾ ਹੋਈ। ਗੋਬਿੰਦ ਰਾਏ ਫੂਲੇ ਜੀ ਤੇ ਜ਼ੋਰ ਪਾਇਆ ਕਿ ਇਹਨਾਂ ਨੂੰ ਉਸੇਰੀ ਵਿਦਿਆ ਪੜ੍ਹਾਉਣ ਦੇ ਲਈ ਯਤਨ ਕਰ। ਇਸ ਨੂੰ ਦੇਖਦੇ ਹੋਏ 1847 ਦੇ ਵਿੱਚ ਗੋਬਿੰਦ ਰਾਏ ਫੂਲੇ ਜੀ ਨੂੰ ਬ੍ਰਾਹਮਣਾਂ ਨੇ ਪੁੱਠੀ ਮਤ ਦੇਣੀ ਸ਼ੁਰੂ ਕਰ ਦਿੱਤੀ। ਜੇਕਰ ਆਪ ਜੀ ਦਾ ਜੋਤੀ ਪੜ ਗਿਆ ਤਾਂ ਇਹ ਕੁਝ ਕੰਮ ਕਰਨ ਜੋਗਾ ਨਹੀਂ ਰਹੇਗਾ। 1847 ਦੇ ਵਿੱਚ ਅੰਗਰੇਜ਼ ਮਿਸ਼ਨ ਸਕੂਲ ਦੇ ਵਿੱਚ ਦਾਖਲ ਕਰ ਦਿੱਤਾ। 1841 ਤੋਂ 1847 ਤੱਕ ਜੋਤੀਰਾਵ ਫੂਲੇ ਜੀ ਨੇ ਸਿੱਖਿਆ ਪ੍ਰਾਪਤ ਕੀਤੀ। ਜੋਤੀਰਾਵ ਫੂਲੇ ਦੀ ਪੜ੍ਹਾਈ ਦੀ ਲਗਨ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਗੋਬਿੰਦ ਰਾਏ ਫੂਲੇ ਜੀ ਤੇ ਜ਼ੋਰ ਪਾਇਆ ਕਿ ਇਹਨਾਂ ਨੂੰ ਉਸੇਰੀ ਵਿਦਿਆ ਪੜ੍ਹਾਉਣ ਦੇ ਲਈ ਅੱਗੇ ਯਤਨ ਕਰ। ਇਸ ਦੌਰਾਨ ਜੋਤੀਰਾਵ ਫੂਲੇ ਜੀ ਨੇ 1847 ਈਸਵੀ ਦੇ ਵਿੱਚ ਥੋਮਸ ਪੇਨ ਦੀ ਕਿਤਾਬ ਰਾਈਟ ਆਫ ਮੈਨ ਪੜ੍ਹੀ, ਜਿਸ ਕਿਤਾਬ ਪੜ੍ਹਨ ਤੋਂ ਬਾਅਦ ਜੋਤੀਰਾਵ ਫੂਲੇ ਜੀ ਬਹੁਤ ਪ੍ਰਭਾਵਿਤ ਹੋਏ। 1848 ਈਸਵੀ ਦੇ ਵਿੱਚ ਜੋਤੀਰਾਵ ਫੂਲੇ ਜੀ ਦੇ ਨਾਲ ਪੜ੍ਹਦੇ ਲੜਕੇ ਸਦਾ ਸ਼ਿਵ ਲਾਲ ਹਵੰਡੇ ਨਾਂ ਦੇ ਬ੍ਰਾਹਮਣਾਂ ਦੇ ਲੜਕੇ ਦਾ ਵਿਆਹ ਸੀ। ਸਦਾ ਸ਼ਿਵ ਲਾਲ ਹਵੰਡੇ ਨੇ ਜੋਤੀਰਾਵ ਫੂਲੇ ਜੀ ਨੂੰ ਆਪਣੀ ਬਰਾਤ ਦੇ ਵਿੱਚ ਆਉਣ ਦੇ ਲਈ ਸੱਦਾ ਪੱਤਰ ਭੇਜਿਆ। ਜੋਤੀਰਾਵ ਫੂਲੇ ਜਦੋਂ ਵਿਆਹ ਦੇ ਵਿੱਚ ਜਾਂਦੇ ਹੈ ਤਾਂ ਜੋਤੀਰਾਵ ਫੂਲੇ ਜੀ ਦਾ ਉੱਥੇ ਹੋਰ ਕੱਟੜ ਬ੍ਰਾਹਮਣ ਜੋਤੀਰਾਵ ਫੂਲੇ ਜੀ ਦਾ ਅਪਮਾਨ ਕਰਦੇ ਆ। ਇਹ ਅਪਮਾਨ ਨਾ ਸਹਿੰਦੇ ਹੋਏ ਜੋਤੀਰਾਵ ਫੂਲੇ ਘਰ ਆਉਂਦੇ ਆ, ਘਰ ਆ ਕੇ ਆਪਣੇ ਪਿਤਾ ਜੀ ਦੇ ਨਾਲ ਵਾਰਤਾਲਾਪ ਕਰਦੇ ਆ। ਅਜਿਹੀ ਘਟਨਾ ਨੂੰ ਦੇਖ ਕੇ ਜੋਤੀਰਾਵ ਫੂਲੇ ਆਪਣਾ ਅਪਮਾਨਿਤ ਗਹਿਰਾਈ ਤੱਕ ਮਹਿਸੂਸ ਕਰਦੇ ਹਨ। ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਜੋਤੀਰਾਵ ਫੂਲੇ ਆਪਣੇ ਮਨ ਦੇ ਵਿੱਚ ਦ੍ਰਿੜ ਸੰਕਲਪ ਲੈਂਦੇ ਆ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਬ੍ਰਾਹਮਣਵਾਦੀ ਸ਼ੂਦਰ ਲੋਕਾਂ ਨੂੰ ਗੁਲਾਮ ਵਾਲੀਆਂ ਘਟਨਾਵਾਂ ਨਾਲ ਦ੍ਰਿੜ ਹੋ ਕੇ ਇਹਦੇ ਨਾਲ ਲੜਾਂਗਾ ਔਰ ਇਹੋ ਜਿਹੀਆਂ ਰੀਤੀ ਰਿਵਾਜਾਂ ਨੂੰ ਭਾਰਤ ਵਰਸ਼ ਦੇ ਵਿੱਚੋਂ ਖਤਮ ਕਰਕੇ ਛੱਡਾਂਗਾ। ਇਸ ਦੇ ਨਾਲ ਨਾਲ ਮਹਾਤਮਾ ਜੋਤੀਰਾਵ ਫੂਲੇ ਜੀ ਨੇ ਬਾਲ ਪ੍ਰਥਾ, ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਆਦਿ ਰਵਾਇਤਾਂ ਨੂੰ ਖਤਮ ਕਰਨ ਲਈ ਸਖ਼ਤ ਸੰਘਰਸ਼ ਕੀਤਾ। ਜੋਤੀਰਾਵ ਫੂਲੇ ਜੀ ਨੂੰ ਪਤਾ ਸੀ ਕਿ ਮਹਾਰਾਸ਼ਟਰ ਔਰ ਪੂਰੇ ਭਾਰਤ ਦੇ ਵਿੱਚ ਮਨੁਵਾਦ ਜਿਹੜਾ ਗੜ ਸੀ, ਇਸ ਕਰਕੇ ਭਾਰਤ ਵਰਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਔਰਤ ਵਰਗ ਨੂੰ ਜਿਹੜਾ ਸਿੱਖਿਅਤ ਹੋਣ ਦਾ ਅਧਿਕਾਰ ਨਹੀਂ ਸੀ, ਕਿਉਂਕਿ ਮਨੁਵਾਦ ਇੰਨਾ ਗੜ ਹੋਣ ਦੇ ਕਾਰਨ ਔਰਤਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਜੋਤੀਰਾਵ ਫੂਲੇ ਜੀ ਨੇ ਇਹਨਾਂ ਰੀਤੀ ਰਿਵਾਜਾਂ ਨੂੰ ਤਰੋੜਨ ਦੇ ਲਈ ਦ੍ਰਿੜ ਸੰਕਲਪ ਕੀਤਾ। ਮਨੁਵਾਦ ਦੇ ਮੁਤਾਬਕ ਔਰਤ ਨੂੰ ਸਿੱਖਿਆ ਪ੍ਰਾਪਤ ਕਰਨਾ ਘੋਰ ਪਾਪ ਸੀ। ਜੇਕਰ ਔਰਤ ਸਿੱਖਿਆ ਪ੍ਰਾਪਤ ਕਰਦੀ ਹੈ ਤਾਂ ਉਸਦਾ ਪਤੀ ਮਰ ਜਾਂਦਾ ਹੈ। ਜੇਕਰ ਕੋਈ ਔਰਤ ਆਪਣੇ ਸਹੁਰੇ ਘਰ ਜਾ ਕੇ ਉਸਦੀ ਨੂੰਹ ਪੜ੍ਹਦੀ ਹੈ ਤਾਂ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਵਹਿਮ ਫੈਲਾ ਦਿੱਤਾ ਗਿਆ ਸੀ, ਜੇਕਰ ਆਪ ਜੀ ਦੀ ਨੂੰਹ ਪੜ੍ਹਦੀ ਹੈ ਤਾਂ ਆਪ ਜੀ ਦਾ ਲੜਕਾ ਮਰ ਜਾਵੇਗਾ। ਇਹੋ ਜਿਹੇ ਘੋਰ ਵਹਿਮ ਫੈਲਾ ਕੇ ਦੇਸ਼ ਦੇ ਵਿੱਚ ਔਰਤ ਸਿੱਖਿਅਤ ਨਾ ਹੋ ਸਕੇ, ਔਰਤਾਂ ਨੂੰ ਰੂੜੀਵਾਦੀ ਸੋਚ ਦੇ ਵਿੱਚ ਜਕੜਿਆ ਹੋਇਆ ਸੀ। ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ ਹੀ ਦੱਸਿਆ ਜਾਂਦਾ ਸੀ। ਘਰ ਤੋਂ ਬਾਹਰ ਜਾ ਕੇ ਨਾ ਪੜ੍ਹਨ ਦਾ ਅਧਿਕਾਰ ਹੈ ਨਾ ਕੰਮ ਕਰਨ ਦਾ ਅਧਿਕਾਰ, ਇਹ ਮਨੁਵਾਦ ਦਾ ਸਿਧਾਂਤ ਕਹਿੰਦਾ ਸੀ। ਦੂਸਰੇ ਪਾਸੇ ਸੰਸਾਰ ਭਰ ਦੇ ਵਿੱਚ ਕ੍ਰਾਂਤੀ ਹੋ ਰਹੀ ਸੀ। 1848 ਦੇ ਵਿੱਚ ਮਾਰਕਸ ਨੇ ਆਪਣਾ ਕਮਿਊਨਿਸਟ ਮੈਨੀਫੈਸਟੋ ਦਿੱਤਾ, ਜਿਸ ਦੇ ਸੰਬੰਧ ਦੇ ਵਿੱਚ ਪਹਿਲੀ ਕਾਨਫਰੰਸ ਹੋਈ ਤੇ ਭਾਰਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਮਹਾਤਮਾ ਜੋਤੀਰਾਵ ਫੂਲੇ ਨੇ ਔਰਤਾਂ ਵਾਸਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 1848 ਦੇ ਵਿੱਚ ਮਹਾਤਮਾ ਜੋਤੀਰਾਵ ਫੂਲੇ ਜੀ ਨੇ ਮਨੁੱਖੀ ਅਧਿਕਾਰਾਂ, ਔਰਤਾਂ ਅਤੇ ਸ਼ੂਦਰਾਂ ਦੇ ਜਾਤੀਵਾਦੀ ਪ੍ਰਥਾ ਚੋਂ ਕੱਢਣ ਦੇ ਲਈ ਝੰਡਾ ਬੁਲੰਦ ਕਰ ਦਿੱਤਾ। 1 ਜਨਵਰੀ 1848 ਨੂੰ ਮਹਾਤਮਾ ਜੋਤੀਰਾਵ ਫੂਲੇ ਜੀ ਨੇ ਲੜਕੀਆਂ ਵਾਸਤੇ ਪਹਿਲਾ ਸਕੂਲ ਪੂਨਾ ਵਿਖੇ ਸ਼ੁਰੂ ਕਰ ਦਿੱਤਾ ਔਰ 15 ਮਈ 1848 ਨੂੰ ਅਛੂਤ ਬੱਚਿਆਂ ਵਾਸਤੇ ਪਾਠਸ਼ਾਲਾ ਬਣਾਈ ਖੁੱਲੀ, ਜਿਸ ਦੇ ਵਿੱਚ ਮਾਤਾ ਸਵਿਤਰੀ ਬਾਈ ਫੂਲੇ ਤੇ ਸਗਨਾ ਬਾਈ ਸਕੂਲ ਦੇ ਵਿੱਚ ਅਧਿਆਪਕ ਦੇ ਤੌਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸਵਿਤਰੀ ਬਾਈ ਫੂਲੇ ਤੇ ਸਗਨਾ ਬਾਈ ਸਕੂਲ ਵਿੱਚ ਪੜ੍ਹਾਉਣ ਜਾਇਆ ਕਰਦੀਆਂ ਸਨ ਤਾਂ ਆਮ ਤੌਰ ਤੇ ਹਿੰਦੂਵਾਦੀ ਬ੍ਰਾਹਮਣਵਾਦੀ ਲੋਕ ਇਹਨਾਂ ਦੇ ਪੜ੍ਹਾਈ ਤੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਬਹੁਤ ਤੰਗ ਆਉਂਦੇ ਸਨ, ਕਿਉਂਕਿ ਉਹਨਾਂ ਦਾ ਮਨੁਵਾਦ ਦਾ ਸਿਧਾਂਤ ਕਹਿੰਦਾ ਸੀ ਕਿ ਔਰਤ ਨੂੰ ਵਿਦਿਆ ਤੋਂ ਵਾਂਝਾ ਰੱਖਿਆ ਜਾਵੇ। ਤੇ ਇਸ ਨੂੰ ਦੇਖਦੇ ਹੋਏ ਜਦੋਂ ਸਵਿਤਰੀ ਬਾਈ ਫੂਲੇ ਸਗਨਾ ਬਾਈ ਸਕੂਲ ਚ ਪੜ੍ਹਾਉਣ ਜਾਇਆ ਕਰਦੀਆਂ ਸਨ ਤਾਂ ਉਹਨਾਂ ਤੇ ਗੋਹੇ ਦੇ ਕੋਲੇ ਮਾਰੇ ਜਾਂਦੇ ਸਨ ਔਰ ਚਿੱਕੜ ਸੁੱਟਿਆ ਜਾਂਦਾ ਸੀ। ਔਰ ਸਵਿਤਰੀ ਬਾਈ ਫੂਲੇ ਤੇ ਸਗਨਾ ਬਾਈ ਆਪਣੇ ਇੱਕ ਬੈਗ ਲੈ ਕੇ ਬੈਗ ਦੇ ਵਿੱਚ ਇੱਕ ਦੂਸਰੀ ਸਾੜੀ ਨਾਲ ਲੈ ਕੇ ਜਾਂਦੇ ਸਨ ਤਾਂ ਜੋ ਸਕੂਲ ਦੇ ਵਿੱਚ ਪੜ੍ਹਾਉਣ ਦੇ ਲਈ ਸਾਫ ਸੁਥਰੇ ਕੱਪੜੇ ਵਸਤਰ ਪਹਿਨ ਕੇ ਬੱਚਿਆਂ ਨੂੰ ਸਾਫ ਸੁਥਰਾ ਬਣ ਕੇ ਪੜ੍ਹਾਇਆ ਕਰਦੀਆਂ ਸਨ। ਜੋਤੀਰਾਵ ਫੂਲੇ ਦੇ ਕਾਰਜਾਂ ਨੂੰ ਦੇਖਦੇ ਹੋਏ
ਕੱਟੜ ਬ੍ਰਾਹਮਣਾਂ ਨੇ ਗੋਬਿੰਦ ਰਾਏ ਫੂਲੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਆਪ ਦਾ ਸਪੁੱਤਰ ਧਰਮ ਦੇ ਵਿਰੁੱਧ ਕੰਮ ਕਰ ਰਿਹਾ ਹੈ, ਧਰਮ ਦੇ ਵਿਰੁੱਧ ਚੱਲ ਰਿਹਾ ਹੈ। ਪਿਤਾ ਗੋਬਿੰਦ ਰਾਏ ਫੂਲੇ ਜੀ ਨੇ ਮਜਬੂਰ ਹੋ ਕੇ ਘਰੋਂ ਬਾਹਰ ਕੱਢ ਦਿੱਤਾ। ਜੋਤ ਰਾਏ ਫੂਲੇ ਜੀ ਨੇ ਆਪਣੇ ਕੰਮਾਂ ਨੂੰ ਘਰੋਂ ਤੋਂ ਬਾਹਰ ਰਹਿੰਦੇ ਹੋਏ ਵੀ ਜਾਰੀ ਰੱਖਿਆ। ਇਸ ਨੂੰ ਦੇਖਦੇ ਹੋਏ ਅੰਗਰੇਜ਼ ਸਰਕਾਰ ਨੇ ਜੋਤ ਰਾਏ ਫੂਲੇ ਜੀ ਨੂੰ ਸਰਵਜਨਿਕ ਤੌਰ ਤੇ ਸਨਮਾਨਿਤ ਕੀਤਾ। 16 ਨਵੰਬਰ 1952 ਨੂੰ ਪੂਨੇ ਵਿਖੇ ਵਿਸ਼ਰਾਮ ਬਾਗ ਵਾੜਾ ਵਿਖੇ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਮੈਕਤੀ ਨੇ ਕੀਤੀ ਅਤੇ ਜਿਸ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਜੋਤੀਰਾਓ ਫੂਲੇ ਜੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਬੁੱਕੇ ਦੇ ਕੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਔਰ 195 ਰੁਪਏ ਦੇ ਕੇ 2 ਸ਼ਾਲ ਦੇ ਨਾਲ ਉਹਨਾਂ ਨੂੰ ਭੇਟ ਕੀਤੀ ਗਈ। 1856 ਈਸਵੀ ਵਿੱਚ ਜੋਤੀਰਾਓ ਫੂਲੇ ਜੀ ਦੇ ਕਾਰਜਾਂ ਨੂੰ ਦੇਖਦੇ ਹੋਏ ਕੱਟੜਵਾਦੀ ਬ੍ਰਾਹਮਣਾਂ ਦੇ ਕੋਲੋਂ ਇਹ ਜਰਿਆ ਆ ਗਿਆ, ਬਰਦਾਸ਼ਤ ਨਾ ਹੋਇਆ। ਜੋਤੀਰਾਓ ਫੂਲੇ ਦਾ ਇਹ ਕਾਰਜ ਨੂੰ ਦੇਖਦੇ ਹੋਏ ਬ੍ਰਾਹਮਣਾਂ ਨੇ ਉਹਨਾਂ ਦੀ ਹੱਤਿਆ ਕਰਨ ਦੀ ਸਾਜਿਸ਼ ਨੀਤੀ ਕਰ ਲਈ, ਕਿਉਂਕਿ ਜੋਤੀਰਾਓ ਫੂਲੇ ਜੀ ਨੂੰ ਇਸ ਕਾਰਜਾਂ ਨੂੰ ਦੇਖਦੇ ਹੋਏ ਨੀਤੀ ਘੜੀ। ਉਹਨਾਂ ਨੇ 2 ਸ਼ੂਦਰ ਵਿਅਕਤੀਆਂ ਨੂੰ ਉਹਨਾਂ ਦੀ ਹੱਤਿਆ ਕਰਨ ਦੇ ਲਈ ਤਿਆਰ ਕਰ ਲਿਆ। ਜਦੋਂ ਹੱਤਿਆ ਕਰਨ ਦੇ ਲਈ ਉਹ 2 ਵਿਅਕਤੀ ਜੋਤੀਰਾਓ ਫੂਲੇ ਜੀ ਦੇ ਘਰ ਗਏ, ਉਹਨਾਂ ਦਿਨਾਂ ਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ, ਲਾਲਟਨ ਦੇ ਦੀਵੇ ਦੇ ਨਾਲ ਸਪੜਿਆ ਕਰਦੇ ਸਨ। ਜਦੋਂ ਜੋਤੀਰਾਓ ਫੂਲੇ ਦਾ ਘਰ 2 ਡਾਕੂ ਕਿਰਪਾਨ ਲੈ ਕੇ ਜਾਂਦੇ ਹਨ ਤਾਂ ਜੋਤੀਰਾਓ ਫੂਲੇ ਉੱਠ ਕੇ ਲਾਲਟਨ ਲੈ ਕੇ ਖੜੇ ਹੋ ਜਾਂਦੇ ਹਨ, ਪੁੱਛਦੇ ਹਨ ਤੁਸੀਂ ਕੌਣ ਹੋ? ਤਾਂ ਉਹਨਾਂ ਨੂੰ ਜੋਤੀਰਾਓ ਫੂਲੇ ਜੀ ਨੂੰ ਕਹਿੰਦੇ ਕਿ ਅਸੀਂ ਤੇਰੀ ਜਾਨ, ਅਸੀਂ ਤੇਰੀ ਹੱਤਿਆ ਕਰਨ ਵਾਸਤੇ ਆਏ ਹਾਂ। ਜੋਤੀਰਾਓ ਫੂਲੇ ਜੀ ਨੇ ਕਿਹਾ, ਮੇਰੀ ਸ਼ਾਨਦਾਰ ਖੁਦ ਕਿਸਮਤੀ ਹੋਵੇਗੀ ਕਿ ਉਹ ਗਰੀਬ ਜਿਨ੍ਹਾਂ ਲੋਕਾਂ ਦੀ ਮੈਂ ਸੇਵਾ ਕੀਤੀ ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਮੇਰਾ ਗਲਾ ਕੱਟ ਦੇਣ। ਜਲਦੀ ਕਰੋ, ਮੇਰਾ ਜੀਵਨ ਗਰੀਬਾਂ ਦੇ ਲਈ ਹੈ, ਸ਼ਾਇਦ ਮੇਰੀ ਮੌਤ ਦਾ ਗਰੀਬਾਂ ਨੂੰ ਵੀ ਕੋਈ ਲਾਭ ਹੋ ਸਕਦਾ ਹੈ। ਜੋਤੀਰਾਓ ਫੂਲੇ ਜੀ ਦੇ ਇਹ ਸ਼ਬਦਾਂ ਨੂੰ ਸੁਣਦੇ ਹੋਏ ਉਹ 2 ਚੋਰ ਡਾਕੂਆਂ ਦੇ ਅੱਖਾਂ ਵਿੱਚ ਹੰਝੂ ਆ ਗਏ ਅਤੇ ਰੋਣ ਲੱਗੇ। ਉਹਨਾਂ ਨੇ ਦੱਸਿਆ ਕਿ ਸਾਨੂੰ ਕੱਟੜਵਾਦੀ ਬ੍ਰਾਹਮਣਾਂ ਨੇ 1,000 ਰੁਪਇਆ ਦੇ ਕੇ ਆਪ ਜੀ ਦੀ ਹੱਤਿਆ ਕਰਨ ਵਾਸਤੇ ਭੇਜਿਆ ਹੈ। ਜੋਤੀਰਾਓ ਫੂਲੇ ਇਹ ਸ਼ਬਦਾਂ ਨੂੰ ਸੁਣਦੇ ਹੋਏ ਬੜੇ ਹੈਰਾਨ ਹੋਏ। ਜੋਤੀਰਾਓ ਫੂਲੇ ਜੀ ਨੇ ਕਿਹਾ ਕਿ ਅਗਰ ਇਸ 1,000 ਰੁਪਏ ਨਾਲ ਆਪ ਜੀ ਦਾ ਜੀਵਨ ਸਵਰਦਾ ਹੈ, ਆਪ ਜੀ ਦਾ ਘਰ ਦਾ ਕੋਈ ਗੁਜ਼ਾਰਾ ਚੱਲਦਾ ਹੈ ਤਾਂ ਬੇਸ਼ੱਕ ਕਰ ਲਓ। ਇਹਨਾਂ ਨੂੰ ਦੇਖਦੇ ਹੋਏ ਜੋਤੀਰਾਓ ਫੂਲੇ ਦੇ ਉਹ 2 ਚੋਰ ਡਾਕੂ ਜੋਤੀਰਾਓ ਫੂਲੇ ਜੀ ਦੇ ਪੈਰੀ ਪੈਂਦੇ ਆ। ਉਸ ਤੋਂ ਬਾਅਦ ਉਹ 2 ਚੋਰ ਸ਼ਗਿਰਦ ਬਣਦੇ ਹਨ, ਉਹਨਾਂ ਦੇ ਕਾਰਜਾਂ ਦੇ ਵਿੱਚ ਮੁੱਖ ਕਾਰਜ ਨਿਭਾਉਣ ਦੇ ਲਈ ਉਹਨਾਂ ਦੇ ਸ਼ਗਿਰਦ ਬਣ ਜਾਂਦੇ। ਇਸ ਦੌਰਾਨ ਅੰਗਰੇਜ਼ ਸਰਕਾਰ ਨੇ ਜੋਤੀਰਾਓ ਫੂਲੇ ਦੇ ਕਾਰਜਾਂ ਨੂੰ ਦੇਖਦੇ ਹੋਏ ਵਿਧਵਾ ਵਿਆਹ ਪ੍ਰਥਾ ਖਤਮ ਕਰ ਦਿੱਤੀ ਅਤੇ ਮੁੜ ਵਿਆਹ ਕਾਨੂੰਨ ਪਾਸ ਕਰ ਦਿੱਤਾ। ਜੋਤੀਰਾਓ ਫੂਲੇ ਜੀ ਦਾ ਕਹਿਣਾ ਸੀ, ਸਮਾਜਿਕ ਗੁਲਾਮੀ ਰਾਜਨੀਤਿਕ ਗੁਲਾਮੀ ਨਾਲੋਂ ਕਿਤੇ ਵੱਧ ਬਦਤਰ ਹੈ। ਜੋਤੀਰਾਓ ਫੂਲੇ ਜੀ ਨੇ ਬ੍ਰਾਹਮਣਵਾਦ ਨੂੰ ਖਤਮ ਕਰਨ ਦਾ ਪ੍ਰਣ ਲਿਆ ਸੀ ਅਤੇ ਖਤਮ ਕਰਨ ਦੇ ਵਾਸਤੇ 1868 ਈਸਵੀ ਦੇ ਵਿੱਚ ਗੋਬਿੰਦ ਰਾਏ ਫੂਲੇ ਜੋਤੀਰਾਓ ਫੂਲੇ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ। ਦੇਹਾਂਤ ਹੋਣ ਤੋਂ ਬਾਅਦ ਜੋਤੀਰਾਓ ਫੂਲੇ ਜੀ ਨੇ ਜੋ ਉਹਨਾਂ ਦੇ ਮਰਨ ਤੋਂ ਬਾਅਦ ਰੀਤੀ ਰਿਵਾਜ ਕੀਤੇ ਅਤੇ ਜੋਤੀਰਾਓ ਫੂਲੇ ਜੀ ਉਹਨਾਂ ਦੇ ਪਿਤਾ ਜੀ ਦਾ ਸ਼ਰਾਧ ਕਰਨ ਦੀ ਬਜਾਏ ਸਾਰੇ ਰੀਤੀ ਰਿਵਾਜਾਂ ਨੂੰ ਖਤਮ ਕੀਤਾ, ਸ਼ਰਾਧ ਦੀ ਬਜਾਏ ਭੁੱਖੇ ਤੇ ਗਰੀਬ ਲੋਕਾਂ ਨੂੰ ਰੋਟੀ ਖਾਣ ਦੇ ਯਤਨ ਕੀਤੇ। 1873 ਈਸਵੀ ਦੇ ਵਿੱਚ ਜੋਤੀਰਾਓ ਫੂਲੇ ਜੀ ਦੀ ਪੁਸਤਕ ਆਈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਲੇਵਰੀ ਵਿਦ ਇਨ ਦੀ ਇੰਡੀਅਨ ਇੰਪਾਇਰ ਅੰਡਰ ਦੀ ਕਲੋਕ ਆਫ ਦੀ ਬ੍ਰਾਹਮਣਿਜ਼ਮ, ਬ੍ਰਾਹਮਣਵਾਦੀ ਆਰੀਅਨ ਹਮਲਾਵਰ ਹਨ। 24 ਸਤੰਬਰ 1873 ਈਸਵੀ ਨੂੰ ਜੋਤੀਰਾਓ ਫੂਲੇ ਜੀ ਅਤੇ ਉਹਨਾਂ ਦੇ ਸਾਥੀ 60 ਕੇਂਦਰਾਂ ਤੋਂ ਇਕੱਠੇ ਹੋਏ, ਜਿਸ ਦੌਰਾਨ ਇੱਕ ਭਾਰੀ ਸਭਾ ਲੱਗੀ ਜਿਸ ਵਿੱਚ ਜੋਤੀਰਾਓ ਫੂਲੇ ਜੀ ਨੇ ਜ਼ੋਰਦਾਰ ਭਾਸ਼ਣ ਦਿੱਤਾ। ਭਾਸ਼ਣ ਦੇਣ ਉਪਰੰਤ ਜੋਤੀਰਾਓ ਫੂਲੇ ਜੀ ਨੇ ਸਤਿਅਕ ਸੋਧਕ ਸਮਾਜ ਨਾਂ ਦੇ ਸੰਗਠਨ ਦਾ ਗਠਨ ਕੀਤਾ। 1883 ਦੇ ਵਿੱਚ ਜੋਤੀਰਾਓ ਫੂਲੇ ਜੀ ਨੇ ਬੜੌਦਾ ਨਰੇਜਾ ਨੂੰ ਕਲਟੀਵੇਸ਼ਨ ਵਿਪ ਕਾਰਡ ਨਾਂ ਦੀ ਪੁਸਤਕ ਭੇਟ ਕੀਤੀ, ਜਿਸ ਦੇ ਵਿੱਚ ਲਿਖਿਆ ਸੀ, ਵਿਦਿਆ ਬਿਨਾਂ ਬੁੱਧੀ ਗਈ, ਬੁੱਧੀ ਬਿਨਾਂ ਸਦਾਚਾਰ ਗਿਆ, ਸਦਾਚਾਰ ਬਿਨਾਂ ਤਰੱਕੀ ਰੁਕ ਗਈ, ਤਰੱਕੀ ਬਿਨਾਂ ਦੌਲਤ ਮਿਟ ਗਈ, ਦੌਲਤ ਬਿਨਾਂ ਸ਼ੂਦਰ ਤਬਾਹ ਹੋ ਗਿਆ। ਜੋਤੀਰਾਓ ਫੂਲੇ ਤੋਂ ਮਹਾਰਾਜਾ ਬੜੌਦਾ ਬਹੁਤ ਖੁਸ਼ ਹੋਏ ਅਤੇ ਜੋਤੀਰਾਓ ਫੂਲੇ ਜੀ ਅੰਤ ਦੇ ਵਿੱਚ 27 ਨਵੰਬਰ 1890 ਈਸਵੀ ਨੂੰ ਸਮਾਜਿਕ ਕ੍ਰਾਂਤੀ ਦੇ ਪਿਤਾਵਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ। ਜੈ ਫੂਲੇ, ਜੈ ਕ੍ਰਾਂਤੀ, ਜੈ ਭੀਮ, ਜੈ ਭਾਰਤ।